ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਤੁਹਾਡੇ ਆਪਣੇ ਆਪ ਦੇ ਚੈਨਲ ਟਰੈਕਟਰ ਮੰਡੀ ਤੇ ਸਾਰੇ ਵੀਰਾਂ ਦਾ ਸੁਆਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਦਾ ਹੈਲਪਲਾਈਨ ਨੰਬਰ ਨੋਟ ਕਰ ਲਓ 76963 29488 ਚੈਨਲ ਦਾ ਵਟਸਐਪ ਨੰਬਰ ਹੈ ਜੀ ਜੇ ਕਿਸੇ ਵੀਰ ਨੇ ਐਡ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਮਸ਼ੀਨਰੀ ਦੀ ਤਾਂ ਇਸੇ ਨੰਬਰ ਤੇ 4-5 ਫੋਟੋਆਂ ਸੈੱਡ ਕਰ ਦਿਓ ਬਾਕੀ ਲੋੜੀ ਦੀ ਸਾਰੀ ਜਾਣਕਾਰੀ ਦੇ ਨਾਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰ ਦਾਂਗੇ ਕੋਈ ਕਮਿਸ਼ਨ ਨਹੀਂ ਲੈਂਦੇ ਕੋਈ ਘਰ ਤੇ ਨਹੀਂ ਲੈਂਦੇ। ਵੀਡੀਓ ਦੇ ਵਿੱਚ ਤੁਹਾਡਾ ਆਪਦਾ ਨੰਬਰ ਦਿੱਤਾ ਜਾਊਗਾ। ਕਿਸੇ ਵੀ ਨੇ ਕੋਈ ਮਸ਼ੀਨਰੀ ਖਰੀਦਣੀ ਹੋਊਗੀ, ਤੁਹਾਨੂੰ ਵੀਰ ਸਿੱਧਾ ਫੋਨ ਕਰਨਗੇ ਜੀ। ਤੇ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ, ਜਦੋਂ ਤੁਸੀਂ ਕੋਈ ਮਸ਼ੀਨਰੀ ਸੈਂਡ ਕਰਦੇ ਹੋ ਤੇ ਜਿਹੜਾ ਉਹਦਾ ਰੇਟ ਹੁੰਦਾ ਹੈ, ਜਿਹੜੀ ਡਿਮਾਂਡ ਹੁੰਦੀ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜੀ। ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਆ ਕਿ ਰੇਟ ਜ਼ਿਆਦਾ ਹੁੰਦਾ ਹੈ। ਐਦਾਂ ਨਾ ਕਰਿਆ ਕਰੋ। ਰੇਟ ਜਿਹੜਾ ਸਹੀ ਭੇਜਿਆ ਕਰੋ। ਹੁਣ ਕਰਦੇ ਹਾਂ ਜੀ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦੀ ਤੇ ਇੰਨਾ ਪਿਆਰ ਦਿੰਨੂ ਤੁਸੀਂ ਵੀਡੀਓ ਨੂੰ ਤੇ ਇੰਨੀ ਸਪੋਰਟ ਰੱਖਦੇ ਹੋ ਚੈਨਲ ਨੂੰ ਇਸੇ ਤਰ੍ਹਾਂ ਹੀ ਪਿਆਰ ਬਣਾ ਕੇ ਰੱਖਿਓ ਤੇ ਇਸੇ ਤਰ੍ਹਾਂ ਹੀ ਸਪੋਰਟ ਰੱਖਿਓ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਹਰ ਰੋਜ਼ ਆਉਂਦੀਆਂ ਰਹਿਣਗੀਆਂ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਗੱਡੀਆਂ ਨੇ ਅਲੱਗ-ਅਲੱਗ ਜੀ ਤੇ ਇੱਕ ਟਰੈਕ ਲੈ ਕੇ ਹਾਜ਼ਰਾਂ ਜੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਵਿਫਟ ਗੱਡੀ ਦੀ ਸਵਿਫਟ ਬੀਡੀਆਈ ਗੱਡੀ ਹੈ ਜੀ ਆਹ 2011 ਮਾਡਲ ਹੈ 92000 ਕਿਲੋਮੀਟਰ ਚੱਲੀ ਹੋਈ ਹੈ ਗੱਡੀ origignal ਚੱਲੀ ਹੈ ਜੀ ਤੇ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ ਜੀ ਸ਼ੋਰੂਮ ਕੰਡੀਸ਼ਨ ਗੱਡੀ ਹੈ ਕੋਈ ਸਕ੍ਰੈਚ ਨਹੀਂ ਦੇਖਣ ਨੂੰ ਮਿਲੋ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਰੰਗ ਹੈ ਜਿਹੜਾ ਕੰਪਨੀ ਵੱਲੋਂ ਆਉਂਦਾ ਹੈ ਉਹੀ ਜੀ ਨੋਨ ਐਕਸੀਡੈਂਟ ਹੈ ਕਾਗਜ਼ ਪੱਤਰ ਕੰਪਲੀਟ ਹੈ ਜੀ ਜਿੰਨੇ ਵੀ ਹੁੰਦੇ ਆ ਤੇ ਅੰਦਰੋਂ ਮੈਟਿੰਗ ਬੀਰਨੇ ਕਰਵਾਈ ਹੋਈ ਹੈ AC ਹੀਟਰ ਚੱਲਦਾ ਜੀ ਤੇ ਸਾਰਾ ਕੁਝ ਓਕੇ ਹੈ ਜੀ ਸੀਟ ਕਵਰ ਚੜੇ ਹੋਏ ਆ ਪੂਰੇ ਟੋਪ ਕਲਾ ਦੇ ਤੇ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਬਿਲਕੁਲ ਨਵੇਂ ਆ ਜੀ ਲਾਇ ਬਿਲ ਟਾਇਰਾਂ ਚ ਬਹੁਤ ਸੋਹਣੇ ਪਾਏ ਹੋਏ ਆ ਹਰਿਆਣਾ ਨੰਬਰ ਗੱਡੀ ਆ ਜੀ ਆਹ ਤੇ ਪਟਿਆਲਾ ਇਹਨਾਂ ਦਾ ਏਰੀਆ ਜੀ ਜਿੱਥੇ ਫਿਲਹਾਲ ਗੱਡੀ ਖੜੀ ਆ ਪਟਿਆਲੇ ਖੜੀ ਐ 220000 ਬੀ ਨੇ ਡਿਮਾਂਡ ਰੱਖੀ ਹੈ ਗੱਡੀ ਦੀ ਬਾਕੀ ਮੌਕੇ ਤੇ ਹੋ ਜੂਗਾ ਵੀਰਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 98786 33532 ਮਾਲਕ ਵੀਰ ਦਾ ਨੰਬਰ ਹੈ। ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਗੱਡੀ ਬਾਰੇ ਤੁਸੀਂ ਮਾਲਕ ਵੀਰ ਨੂੰ ਫੋਨ ਕਰਕੇ ਗੱਡੀ ਬਾਰੇ ਜਾਣਕਾਰੀ ਲੈ ਸਕਦੇ ਹੋ। ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ Ford Endeavour ਗੱਡੀ ਜੀ। Endeavour ਗੱਡੀ ਹੈ ਤੇ ਰੰਗ ਪੈਟ ਬਿਲਕੁਲ ਸਾਫ਼ ਪਿਆ ਗੱਡੀ ਦਾ। ਕੰਡੀਸ਼ਨ ਬਿਲਕੁਲ ਓਕੇ ਹੈ। ਕੋਈ ਸਕਰੈਚ ਨਹੀਂ ਹੈਗਾ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ ਹੋਈ। ਕਿਸੇ ਪਾਸੋਂ ਕੋਈ ਰੰਗ ਪੈਟ ਨਹੀਂ ਹੋਈ ਗੱਡੀ। ਸਾਰੀ ਸਾਰੀ ਗੱਡੀ origignal ਪਈ ਹੈ ਜੀ ਤੇ ਪਾਵਰ ਵਿੰਡੋ ਹੈ ਪਾਵਰ ਸਟੀering ਹੈ ਜੀ ਤੇ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ AC ਹੀਟਰ ਚੱਲਦਾ ਹੈ ਜੀ ਨਵੀਂ ਬੈਟਰੀ ਹੈ ਵਧੀਆ ਸਰਵਿਸ ਵੀ ਨੇ ਸਾਰੀ ਕਰਵਾਈ ਹੋਈ ਹੈ ਕਿਸੇ ਪਾਸੇ ਕੋਈ ਜਰਜਪਾ ਨਹੀਂ ਲੱਗਿਆ ਨਾ ਕੋਈ ਗਲੀ ਛੜੀ ਹੈ ਤੇ ਬਾਕੀ ਮੈਟਿੰਗ ਵੀ ਨੇ ਕਰਵਾਈ ਹੋਈ ਹੈ ਸੀਟ ਕਵਰ ਸਾਰੇ ਚੜੇ ਹੋਏ ਹੈ ਪੂਰੇ ਟੌਪ ਕਲਾਸ ਦੇ ਜੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਗੱਡੀ ਹੈ ਜੀ 60000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਬਿਲਕੁਲ ਨਵੇਂ ਟਾਇਰ ਨੇ ਤੇ ਲਾਏ ਪਾਏ ਹੋਇਆ ਮੋਗਾ ਇਹਨਾਂ ਦੇ ਏਰੀਆ 'ਚ ਜੀ 4 ਲੱਖ ਤੇ 90 ਹਜ਼ਾਰ ਵੀ ਨੇ ਡਿਮਾਂਡ ਰੱਖੀ ਹੈ ਗੱਡੀ ਦੀ ਬਾਕੀ ਮੌਕੇ ਤੇ ਕਹਿੰਦੇ ਸੀ ਵੀਰ ਲੈਸ ਹੋ ਜੂਗਾ ਮਾਰਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 9478225 ਪੂਰਾ 900 ਬਾਕੀ ਚਾਰੇ ਪਾਸੋਂ ਫੋਟੋ ਆ ਰਹੀਆਂ ਗੱਡੀ ਦੀਆਂ ਤੁਸੀਂ ਦੇਖ ਰਹੇ ਹੋ ਰੰਗ ਪੇਂਟ ਪੂਰਾ ਵਧੀਆ ਹੈ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਤੇ ਜਿੰਨੇ ਵੀਰ ਵੀਡੀਓ ਤੇ ਨਵੇਂ ਨੇ ਪਹਿਲੀ ਵਾਰ ਆਏ ਨੇ ਵੀਡੀਓ ਤੇ ਤੇ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹਦੇ ਹੋ ਤਾਂ ਚੈਨਲ ਨਾਲ ਪੱਕੇ ਤੌਰ ਤੇ ਜੁੜਜੋ ਥੱਲੇ ਇੱਕ ਸਬਸਕ੍ਰਾਈਬ ਵਾਲਾ ਬਟਨ ਹੈ ਜੀ ਉਹਨੂੰ ਦਬਦਿਓ ਨਾਲ ਹੀ ਘੰਟੀ ਦਾ ਬਟਨ ਹੂਆ ਉਹਨੂੰ ਆਲਟ ਸੈੱਟ ਕਰ ਲਓ ਜਦੋਂ ਨਵੀਂ ਵੀਡੀਓ ਪਾਵਾਂਗੇ ਤੁਰਤ ਪਿੱਛੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਚਲਾ ਜਾਊਗਾ ਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਦੇਖ ਸਕੋਗੇ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਜ ਆਪਾਂ ਟਾਰਗੇਟ ਰੱਖਦੇ ਹਾਂ ਜੀ 400 ਲਾਈਕ ਦਾ 400 ਲਾਈਕ ਕਰ ਦਿਓ ਦੇਖਦੇ ਕਿੰਨੇ ਟਾਈਮ ਚ 400 ਲਾਈਕ ਹੋ ਜਾਂਦੇ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਐਨੇ ਨਾਲ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੋ ਜਾਂਦਾ ਜੀ ਤੇ ਹੋਰ ਵੀ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਂਦਾ ਆਪਣੇ ਚੈਨਲ ਬਾਰੇ ਕਿ ਅਸੀਂ ਘਰ ਬੈਠੇ ਹੀ ਮਸ਼ੀਨਰੀਆਂ ਖਰੀਦ ਜਾਂ ਵੇਚ ਸਕਦੇ ਹਾਂ ਜੀ ਤੇ ਹੋਰ ਵੀ ਕਿਸਾਨ ਵੀਰਾਂ ਦੇ ਫਾਇਦੇ ਖਾਤਰ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ WhatsApp ਦੇ Facebook ਦੇ ਗਰੁੱਪਾਂ ਦੇ ਵਿੱਚ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਬਲੇਰੋ ਗੱਡੀ ਟਾਪ ਮਾਡਲ ਗੱਡੀ ਹੈ ਜੀ ਬਲੇਰੋ ZLX ਪਾਵਰ ਪਲੱਸ ਮਾਡਲ ਹੈ ਗੱਡੀ ਦਾ ਤੇ 2019 ਮਾਡਲ ਗੱਡੀ ਆ 5500 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਹੈ ਤੇ ਬਹੁਤ ਹੀ ਘੱਟ ਚਲਾਈ ਆ ਵੀਰ ਨੇ ਤੇ ਫੈਮਿਲੀ ਗੱਡੀ ਹੈ ਜੀ ਰੰਗ ਪੈਟ ਪੂਰਾ ਸਾਫ ਹੈ ਜੀ ਸ਼ਾਈਨਿੰਗ ਦੇ ਵਿੱਚ ਕੋਈ ਐਕਸੀਡੈਂਟ ਨਹੀਂ ਹੋਈ ਕੋਈ ਸਕ੍ਰੈਚ ਨਹੀਂ ਕੋਈ ਦਿੱਕਤ ਨਹੀਂ ਬਾਕੀ ਜਿੰਨੀ ਵੀ ਸਰਵਿਸ ਵਗੈਰਾ ਹੁੰਦੀ ਹੈ ਸਾਰੀ ਵੀਰ ਨੇ ਕਰਵਾਈ ਹੋਈ ਹੈ ਬਿਲਕੁਲ ਨਮੀ ਗੱਡੀ ਹੈ ਜੀ ਤੇ ਨਵੇਂ ਟਾਇਰ ਨੇ ਪੂਰੇ ਚੋੜੇ ਟਾਇਰ ਵੀਰ ਨੇ ਪਵਾਏ ਹੋਏ ਐ ਜੀ ਤੇ ਲਾਈ ਵੀਲ ਪਾਏ ਹੋਏ ਐ ਮੋਗਾ ਇਹਨਾਂ ਦਾ ਏਰੀਆ ਜੀ 9 ਲੱਖ ਵੀਰ ਨੇ ਡਿਮਾਂਡ ਰੱਖੀ ਹੈ ਗੱਡੀ ਦੀ ਬਾਕੀ ਮੌਕੇ ਤੇ ਹੋ ਜੂਆ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ 81466 ਤੇ 49348 ਮਾਲਕ ਵੀਰ ਦਾ ਨੰਬਰ ਹੈ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਗੱਡੀ ਬਾਰੇ ਤੁਸੀਂ ਮਾਲਕ ਵੀਰਾਂ ਨੂੰ ਫੋਨ ਕਰਕੇ ਗੱਡੀ ਜਾਣਕਾਰੀ ਲੈ ਸਕਦੇ ਹੋ ਬਾਕੀ ਟੌਪ ਕਲਾਸ ਦੇ ਸੀਟ ਕਵਰ ਚੜੇ ਹੋਏ ਆ ਮਿਊਜ਼ਿਕ ਸਿਸਟਮ ਏਸੀ ਹੀਟਰ ਡਨ ਹੈ ਜੀ ਕਾਗਜ਼ ਪੱਤਰ ਕੰਪਲੀਟ ਹੈ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਫੋਟੋਆਂ ਆ ਰਹੀਆਂ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ 스ਵਿਫਟ ਡਿਜ਼ਾਇਰ ਗੱਡੀ 스ਵਿਫਟ ਡਿਜ਼ਾਇਰ ਗੱਡੀ ਦੇਖ ਰਹੇ ਹੋ ਮਾਡਲ ਹੈ ਗੱਡੀ ਦਾ 2016 ਜੀ 68000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਫੈਮਿਲੀ ਗੱਡੀ ਹੈ ਜੀ ਆ ਵੀ ਰੰਗ ਪੈਟ ਦੀ ਗੱਲ ਕਰੀਏ ਸ਼ਾਈਨਿੰਗ ਦੇ ਵਿੱਚ ਰੰਗ ਪੈਟ ਹੈ ਪੂਰਾ ਵਧੀਆ ਜੀ ਤੇ ਕੋਈ ਦਿੱਕਤ ਤੁਹਾਨੂੰ ਦੇਖ ਨੂੰ ਨਹੀਂ ਮਿਲੂਗੀ ਤੇ ਕੋਈ ਐਕਸੀਡੈਂਟ ਨਹੀਂ ਹੋਈ ਕੋਈ ਸਕ੍ਰੈਚ ਨਹੀਂ ਬਿਲਕੁਲ ਸਾਫ ਸੁਥਰੀ ਗੱਡੀ ਹੈ ਜੀ ਤੇ ਅੰਦਰੋਂ ਗੱਲ ਕਰੀਏ ਸੀਟ ਕਵਰ ਚੜੇ ਹੋਏ ਐ ਪੂਰੇ ਟੌਪ ਕਲਾਸ ਦੇ ਮਿਊਜ਼ਿਕ ਸਿਸਟਮ ਐਸੀ ਹਿੱਟ ਡਾਨੇ ਜੀ ਕਾਗਜ਼ ਪੱਤਰ ਕੰਪਲੀਟ ਐ LED ਅੰਦਰ ਲੱਗੀ ਹੋਈ ਐ ਤੇ ਪਾਵਰ ਵਿੰਡੋ ਐ ਜੀ ਪਾਵਰ ਸਟੇਰਿੰਗ ਐ ਬਾਕੀ ਜਿੰਨੀ ਸਰਵਿਸ ਹੁੰਦੀ ਐ ਸਾਰੀ ਵੀਰ ਨੇ ਕਰਵਾਈ ਹੋਈ ਐ ਵਧੀਆ ਬੈਟਰੀ ਐ ਤੇ ਕੋਈ ਦਿੱਕਤ ਨਹੀਂ ਕੋਈ ਚਲਾਉਣ 'ਚ ਕਮੀ ਨਹੀਂ ਵਧੀਆ ਗੱਡੀ ਐ ਬਾਕੀ ਸਮਾਨਾ ਇਹਨਾਂ ਦਾ ਏਰੀਆ ਜੀ ਉੱਥੇ ਜਾ ਕੇ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ 5 ਲੱਖ 10 ਹਜ਼ਾਰ ਵੀਰ ਨੇ ਡਿਮਾਂਡ ਰੱਖੀ ਐ ਗੱਡੀ ਦੀ ਬਾਕੀ ਮੌਕੇ ਤੇ ਵੀਰ ਕਹਿੰਦੇ ਸੀ ਹੋ ਜਾਵਾ ਤੇ ਨਵੇਂ ਟਾਇਰ ਨੇ ਗੱਡੀ ਦੇ ਚਾਰੋਂ ਟਾਇਰ ਬਿਲਕੁਲ ਨਵੇਂ ਐ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ 97799 31417 ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਗੱਡੀ ਬਾਰੇ ਵੀਰਾਂ ਨੂੰ ਫੋਨ ਕਰਕੇ ਜਾਣਕਾਰੀ ਤੁਸੀਂ ਲੇ ਸਕਦੇ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਅਰਜੁਨ ਅਲਟਰਾ 555 ਡੀਆਈ ਟਰੈਕਟਰ ਜੀ ਤੇ 2018 ਮਾਡਲ ਹੈ ਟਰੈਕਟਰ ਆ ਪੀਵੀ ਨੰਬਰ ਹੈ ਜੀ ਤੇ ਟਰੈਕਟਰ ਪੂਰਾ ਵਧੀਆ ਹੈ ਰੰਗ ਪੇਟ ਦੀ ਗੱਲ ਕਰੀਏ ਬਿਲਕੁਲ ਸਾਫ ਸੁਥਰਾ ਰੰਗ ਪੇਟ ਹੈ ਕਿਸੇ ਪਾਸੋਂ ਲੇਹਾ ਨਹੀਂ ਹੋਇਆ ਨਾ ਕੋਈ ਦਿੱਕਤ ਹੈ ਇਹ ਬਾਕੀ ਚਾਰੇ ਪਾਸੋਂ ਫੋਟੋ ਆ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਇਹ ਵਧੀਆ ਇੰਜਣ ਹੈ ਜਿੰਨੀ ਸਰਵਿਸ ਹੁੰਦੀ ਹੈ ਸਾਰੀ ਵੀਰ ਨੇ ਕਰਵਾਈ ਹੋਈ ਹੈ ਵਧੀਆ ਬੈਟਰੀ ਹੈ ਜੀ ਤੇ ਸਾਰਾ ਟਰੈਕਟਰ ਜਿਹੜਾ ਆਲ オリジナル ਹੈ ਸ਼ਾਈਨਿੰਗ ਦੇ ਵਿੱਚ ਰੰਗ ਪੈਂਟ ਹੈ ਜੀ ਤੇ ਸਾਰਾ ਕੰਮ ਵੀ ਨੇ ਕਰਵਾਇਆ ਹੋਇਆ ਤੁਹਾਨੂੰ 1 ਰੁਪਿਆ ਉੱਤੇ ਲਾਉਣ ਦੀ ਜ਼ਰੂਰਤ ਨਹੀਂ ਤੇ 16 9 28 ਦੇ ਟਾਇਰ ਹੈ ਜੀ ਤੇ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਸੇਮ ਕੰਡੀਸ਼ਨ ਹੈ ਸਾਰੇ ਟਾਇਰਾਂ ਦੀ ਤੇ ਸਾਰੀਆਂ ਲਾਈਟਾਂ ਸਾਰੇ ਇੰਡੀਕੇਟਰ ਚੱਲਦੇ ਸੀ ਹੁੱਡ ਛਤਰੀ ਨਾਲ ਹੈ ਕਾਗਜ਼ ਪੱਤਰ ਕੰਪਲੀਟ ਹੈ ਤੇ ਬਾਕੀ ਤੁਸੀਂ ਦੇਖ ਰਹੇ ਹੋ ਤੇ ਸੁਨਾਮ ਇਹਨਾਂ ਦਾ ਏਰੀਆ 'ਚ 5 ਲੱਖ ਤੇ 5000 ਵੀ ਨੇ ਡਿਮਾਂਡ ਰੱਖੀ ਆ। ਬਾਕੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 98773 48977 ਮਾਲਕ ਵੀਰ ਦਾ ਨੰਬਰ ਹੈ। ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਕੇ ਟਰੈਕਟਰ ਨਾਲ ਬਾਕੇ ਆਪਦੀ ਪੂਰੀ ਤਸੱਲੀ ਕਰਕੇ ਚੈੱਕ ਕਰਕੇ ਟਰੈਕਟਰ ਨੂੰ ਤੇ ਤੁਸੀਂ ਖਰੀਦ ਸਕਦੇ ਹੋ। ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇੱਕ ਕਮੈਂਟ ਬਹੁਤ ਘੱਟ ਕਰ ਦਿਓ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਕਰ ਦਿਓ ਜੀ ਛੇਤੀ ਛੇਤੀ ਆਪਣਾ ਟਾਰਗੇਟ ਕੰਪਲੀਟ ਕਰ ਦਿਓ ਅੱਜ ਦਾ ਤੇ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਇਸੇ ਤਰ੍ਹਾਂ ਦੀ ਨਵੀਂ ਮਸ਼ੀਨਰੀਆਂ ਤੇ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂ ਐਨੇ ਆਪਦਾ ਧਿਆਨ ਰੱਖੋ ਪਰਿਵਾਰ ਚ ਹੀ ਰਹੋ ਜੀ ਘਰੇ ਹੀ ਰਹੋ ਤੇ ਖੁਸ਼ ਰਹੋ ਜੀ